ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ, ਹੋਪ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਗੇ। ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ। ਸੋ ਅੱਜ ਮੌਸਮ ਬਹੁਤ ਠੰਡਾ ਸੀਗਾ ਅਤੇ ਮੈਂ ਤਾਂ ਬਾਈ ਨੇ ਡਿਸੀਜਨ ਲਿਆ ਕਿ ਆਪਾਂ ਚੱਲਦੇ ਹਾਂ ਥੋੜ੍ਹਾ ਜਿਹਾ ਘੁੰਮ ਕੇ ਆਉਂਦੇ ਹਾਂ। ਚੱਲੇ ਵੀ ਕੰਮ 'ਤੇ ਆ, ਘੁੰਮਣਾ ਕਿੱਥੇ ਯਾਰ ਬੰਦੇ, ਘੁੰਮਣਾ ਘੁੰਮਣ ਵਾਲਾ ਹੈ ਨਹੀਂ, ਸਾਡੇ 'ਚ ਗਰਾਰੀ ਉਹ ਖਤਮ ਹੀ ਹੋਈ ਪਈ ਆ ਘੁੰਮਣ ਵਾਲੀ। ਅੱਜ ਆਪਾਂ ਚੱਲੇ ਹਾਂ ਜੀ ਪਟਿਆਲੇ, ਅਤੇ ਪਟਿਆਲੇ ਸੋਚਿਆ ਕਿ ਜਾਣਾ ਤਾਂ ਕਿਸੇ ਹੋਰ ਕੰਮ ਸੀਗਾ, ਖੇਤਾਂ ਥੋੜ੍ਹਾ ਜਿਹਾ ਕੰਮ ਸੀਗਾ, ਬਟ ਮੈਂ ਸੋਚਿਆ ਜੀ ਕਬਾੜ ਮਾਰਕੀਟ ਵੀ ਐਕਸਪਲੋਰ ਕਰਾਂ, ਬੜਾ ਸੁਣਿਆ ਵੀ ਮਾਰਕੀਟ ਬਾਰੇ ਵੀ ਉੱਥੇ ਇੱਦਾਂ ਆ ਇੱਦਾਂ ਆ। ਸੋ ਅੱਜ ਆਪਾਂ ਚੱਲੇ ਹਾਂ ਅਤੇ ਤੁਹਾਨੂੰ, ਵੈਸੇ ਤਾਂ ਉੱਥੇ ਜ਼ਿਆਦਾਤਰ ਬੰਦੇ ਵੀਡੀਓ ਬਣਾਉਣ ਤੋਂ ਇਨਕਾਰ ਹੀ ਕਰਦੇ ਆ ਵੀ ਹਾਂਜੀ ਸਾਡੀ ਵੀਡੀਓ ਨਾ ਬਣਾਓ ਇੱਦਾਂ ਉੱਦਾਂ, ਪਰ ਜਿੰਨੀ ਕੁ ਮੈਂ ਬਣਾ ਸਕਿਆ, ਜਿੰਨਾ ਕੁ ਮੈਂ ਦਿਖਾ ਸਕਿਆ ਓਨਾ ਮੈਂ ਤੁਹਾਨੂੰ ਦਿਖਾਊਂਗਾ, ਅਤੇ ਜੇ ਕੋਈ ਡਿਟੇਲ ਦੇਣ ਦਾ ਇੱਛੁਕ ਹੋਇਆ ਤਾਂ ਦੇ ਵੀ ਦੇਵਾਂਗੇ, ਅਤੇ ਅੱਗੇ ਅੱਗੇ ਮਤਲਬ ਉੱਥੇ ਜਾ ਕੇ ਹੀ ਪਤਾ ਲੱਗਣਾ ਹਾਲੇ ਕੀ ਹੈ ਕੀ ਨਹੀਂ। ਇਸ ਟਾਈਮ ਤਾਂ ਹਨੇਰਾ ਹੀ ਹੈ, ਅੱਖਾਂ ਸਾਹਮਣੇ ਤਾਂ ਬੱਤੀ ਜਾਊਗੀ ਤਾਂ ਪਤਾ ਲੱਗੇਗਾ ਹੀ ਬੰਦਾ ਮੰਜੇ 'ਤੇ ਹੈ ਥੱਲੇ ਨਿਕਲ। ਠੀਕ ਹੈ ਨਾ। ਸੋ ਹੁਣ ਆਪਾਂ ਰਾਜਪੁਰਾ ਪਹੁੰਚ ਗਏ, ਜਿਵੇਂ ਤੁਸੀਂ ਦੇਖ ਸਕਦੇ ਹੋ ਰਾਜਪੁਰੇ ਦੀ ਐਂਟਰੈਂਸ ਹੈ ਇਹ ਸਾਡੇ ਅੰਬਾਲੇ ਤੋਂ ਆਉਂਦੇ ਹੋਏ, ਅਤੇ ਬਾ ਇਸ ਤੋਂ ਬਾਅਦ ਜਿੱਦਾਂ ਹੀ ਆਪਾਂ ਪਟਿਆਲੇ ਪਹੁੰਚਾਂਗੇ ਫਿਰ ਵੀਡੀਓ ਸਟਾਰਟ ਕਰਾਂਗੇ, ਕਿਉਂਕਿ ਹੁਣ ਜਾਂਦੇ ਹੋਏ ਤਾਂ ਚਲੋ ਕੀ ਦਿਖਾਵਾਂਗੇ ਤੁਹਾਨੂੰ, ਹੌਲੀ ਹੌਲੀ ਪੇੜ ਦਿਖਾਵਾਂਗੇ। ਪੇੜ ਤਾਂ ਨਹੀਂ, ਹੁਣ ਇੱਦਾਂ ਹੈ ਨਾ ਹੌਲੀ ਹੌਲੀ ਸਿਨੇਮੈਟਿਕ ਸ਼ਾਟ ਵਗੈਰਾ ਅਸੀਂ ਵੀ ਕਰਾਂਗੇ ਟਰਾਈ ਬਾਈ, ਸਾਡਾ ਵੀ ਦਿਲ ਕਰਦਾ ਵੀ ਪਹਿਲਾਂ ਵਾਂਗੂ ਦੁਬਾਰਾ ਵਲੋਗਿੰਗ ਸਟਾਰਟ ਕਰੀਏ। ਸੋ ਠੀਕ ਹੈ ਬਾਬੇ, ਹੁਣ ਆਪਾਂ ਪਟਿਆਲੇ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ। ਲਓ ਜੀ ਮਿੱਤਰੋ, ਚੈੱਕ ਕਰੋ ਤੁਸੀਂ, ਬਸ ਤੁਸੀਂ ਇਸੇ ਤੋਂ ਹੀ ਹਿਸਾਬ ਲਾ ਲਿਆ ਹੋਣਾ ਵੀ ਅਸੀਂ ਨੇੜੇ ਤੇੜੇ ਹੀ ਹਾਂ, ਪਹੁੰਚ ਗਏ। ਲਓ ਵੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਅਲੱਗ ਅਲੱਗ ਇੱਥੇ ਤਸ਼ਰੀਫਾਂ ਟਰੈਕਟਰਾਂ ਦੀਆਂ, ਠੀਕ ਹੈ। ਥੋੜ੍ਹਾ ਜਿਹਾ ਵੈਂਟ ਥੱਲੇ ਕਰ ਲੈਣੀ, ਆਵਾਜ਼ ਆਈ ਜਾਣੀ। ਲਓ ਜੀ ਚੈੱਕ ਕਰੋ ਤੁਸੀਂ, ਪਾਣੀ ਹੈ ਪਾਣੀ ਹੈ, ਵਾਪਸ ਮੋੜੋ ਬਾਈ ਜੀ, ਆਪਣੇ ਕੋਲ ਨੀਵੀਂ ਗੱਡੀ ਆ। ਆਹ ਹੋਲੈਂਡ ਦਾ 4710 ਖਲੋਤਾ ਬਾਬੇ, 4x4 ਘੈਂਟ ਆ ਯਾਰ, ਛੋਟਾ ਜਿਹਾ ਟਰੈਕਟਰ। ਉਹ 3600-2 ਖੜਾ ਆ, ਠੀਕ ਹੈ। ਸੋਨਾਲੀ ਗੱਡੀ ਆਈ 35। ਇਹ ਇਹ ਆ ਠੀਕ ਹੈ, ਇਹ ਆ ਅਸੀਸ ਗਿੱਲ ਸਹਿਗਿੱਲ ਕਰਕੇ ਨਾ ਹੈਗੇ ਆ ਬੰਦੇ, ਇਹਨਾਂ ਕੋਲ ਇੰਪੋਰਟ ਦਾ ਸਮਾਨ ਹੁੰਦਾ ਆ ਜ਼ਿਆਦਾਤਰ, ਇੰਪੋਰਟ ਟਰੈਕਟਰ ਖੜਾ। ਪਿਛਲੇ ਮੈਸੀ ਖੜਾ ਸੀ ਇਹਨਾਂ ਕੋਲ ਬੜਾ ਤਕੜਾ, ਮੈਂ ਖੋਖਰ ਫਾਰਮ ਵਾਲਿਆਂ ਦੇ ਦੇਖੇ ਹੋਏ। ਸਕੂਟਰ ਖੜਾ ਇੰਪੋਰਟ ਦਾ ਦੇਖ, ਕਿੱਥੇ ਉਹ ਖੜਾ ਸਾਹਮਣੇ, ਮੈਂ ਕਿਹਾ ਪਤਾ ਨਹੀਂ ਯਾਰ ਮਜ਼ਾਕ ਕਰੀ ਜਾਂਦੇ। ਲਓ ਜੀ ਚੈੱਕ ਕਰੋ ਤੁਸੀਂ ਯਾਰ, ਅੱਜ ਨਾ ਵੀਡੀਓ ਦਾ ਕਲਰ ਪਤਾ ਨਹੀਂ ਕਿਉਂ ਨਹੀਂ ਸੈੱਟ ਜੇ ਆ ਰਿਹਾ, ਮੌਸਮ ਹੋਰ ਤਰ੍ਹਾਂ ਦਾ। ਹਾਂ ਮੌਸਮ, ਐਂ ਕਰੋ ਇੱਧਰ ਹੀ ਚੱਲੋ, ਇੱਧਰ ਵਾਲੇ ਪਾਸੇ ਨੂੰ, ਉਹ 151 ਲਿਖਿਆ, ਹੋਂਡਾ ਸਿਟੀ। ਹਾਂ ਹੋਂਡਾ ਸਿਟੀ, ਅਲਟੀਮੇਟਰ ਪਤਾ ਕਰਾਂਗੇ। ਲਓ ਜੀ ਮਿੱਤਰੋ ਚੈੱਕ ਕਰੋ ਯਾਰ, ਇੱਥੇ ਤਾਂ ਬਾਈ ਮੈਂ ਪਹਿਲੀ ਵਾਰ ਆਇਆ ਵੈਸੇ ਟਰੈਕਟਰ ਕਬਾੜ ਮਾਰਕੀਟ, ਪਰ ਹੈ ਨਜ਼ਾਰਾ ਹੀ ਆ ਬਾਬਿਓ, ਜਿਹੜੇ ਮਰਜ਼ੀ ਟਰੈਕਟਰ ਦਾ ਸਮਾਨ ਸਮੂਨ ਇੱਥੇ ਤਾਂ ਸਟਾਰਟਿੰਗ ਤੋਂ ਹੀ ਪਤਾ ਲੱਗ ਰਿਹਾ, ਉਹ ਕਿੰਨਾ ਇੰਟਰਨੈਸ਼ਨਲ ਹੈ ਪੁਰਾਣਾ ਮੇਲਾ। ਹਾਂ ਪੁਰਾਣਾ ਇੰਟਰਨੈਸ਼ਨਲ ਲੱਗਦਾ ਮੈਨੂੰ, ਬਾਕੀ ਬਾਬੇ ਆਪਾਂ ਨੌਲੇਜ ਨੂਲੇਜ ਇਹੋ ਜਿਹੀ ਆ, ਕਿਤੇ ਕੋਈ ਫਿਰ ਕਮੈਂਟਾਂ ਦੇ ਅੰਦਰ ਸਾਨੂੰ ਲੱਗੇ ਇੱਦਾਂ ਜੀ ਉੱਦਾਂ ਜੀ, ਪਰ ਆਪਾਂ ਨੂੰ ਨੌਲੇਜ ਪੂਰੀ ਪੂਰੀ। ਇਹ ਫਾਰਮ 6055 ਬਾਈ, ਐਡਾ ਤਗੜਾ ਸੀ ਅੱਗਿਓ ਗੁਰੂ ਭਾਈ, ਉਪਰਾ ਜੀ ਲੱਗ ਰਿਹਾ ਬਹੁਤ। ਚੈੱਕ ਕਰੋ 6055 4x4 151 ਦੀਪਕ, ਆਏਸੀ ਵਾਲਾ ਖੜਿਆ, ਆਏਸੀ ਕੈਬਨ, ਇਹ ਇੰਪੋਰਟ ਮਾਡਲ ਆ 60 ਨਹੀਂ, ਇਹ ਤਾਂ ਇੰਡੀਅਨ ਮਾਡਲ ਹੀ ਆ ਬਾਬਿਓ, ਇੰਡੀਅਨ ਮਾਡਲ ਆ। ਹਾਂ ਇਹ ਕੈਬਨ ਲੱਗਾ ਹੋਇਆ ਇਹ ਸਪੈਸ਼ਲ ਕਬੂਟਾ, ਬਹੁਤ ਯਾਰ ਬਹੁਤ ਟਰੈਕਟਰ ਖੜਾ ਇੱਥੇ, ਆਹ 60 ਖਲੋਤਾ ਫਾਰਮ ਟਰੈਕ ਜੋਨ ਡੀਅਰ ਦੇ ਰਿਮਾਂ 'ਚ ਸਰਪੰਚ। ਹਾਂ 265 ਟੈਫੇ, ਓਹ ਕਿਆ ਬਾਤ ਹੈ ਗੁਰੂ, ਫਲੈਟ ਪਲੇਟਫਾਰਮ ਇਹ 7 50-65 ਈ। ਸਮਾਨ ਤਾਂ ਇੱਥੇ ਦੁਨੀਆ ਭਰ ਦਾ ਹੀ ਆ, ਜਰਨੇਟਰਾਂ ਦੇ ਇੰਜਣ ਉਂਜਣ, ਪਹਿਲਾਂ ਇਹ ਗੱਡੀਆਂ ਦੀ ਮਾਰਕੀਟ ਹੁੰਦੀ, ਪਹਿਲਾਂ ਟਰੈਕਟਰਾਂ ਦੀ ਮਾਰਕੀਟ ਹੁੰਦੀ, ਹਾਂ ਪਹਿਲਾਂ ਟਰੈਕਟਰਾਂ ਦੀ ਮਾਰਕੀਟ ਹੁੰਦੀ, ਹੁਣ ਗੱਡੀਆਂ ਵਾਲਾ ਕੰਮ ਵੀ ਆ ਗਿਆ, ਜਰਨੇਟਰਾਂ ਵਾਲਾ ਵੀ ਆ ਗਿਆ, 5310 ਪੁਰਾਣੇ ਵਾਲੇ ਐਲਟੀ ਮਾਡਲ ਆ ਮੇਰੇ ਹਿਸਾਬ ਨਾਲ। ਹਾਂ ਐਲਟੀ ਮਾਡਲ ਆ ਗੁਰੂਆ, ਪਰ ਟਰੈਕਟਰ ਸਾਫ ਜਿਹਾ ਪਿਆ ਪੂਰਾ, ਇਹ ਐਲਟੀ ਨਹੀਂ ਆ ਪਰ ਇੱਧਰ ਲਾ, ਆਹ ਐਲਟੀ ਨਹੀਂ ਆ, ਇਹ ਐਲਟੀ ਮਾਡਲ ਆ ਕਿਹੜਾ, ਇੱਕ ਵਾਰੀ ਯੂਏ ਨੰਬਰ। ਹਾਂ ਇੱਥੇ ਕਿੱਥੇ ਜਾਣਾ ਹੈ 100, ਚਲੋ ਚਲੋ ਸਿੱਧਾ, ਐਵੇਂ ਕਿਵੇਂ ਚੱਲ ਸਿੱਧਾ, ਨਾ ਹੌਲੀ ਹੌਲੀ ਚੱਲੋ, ਇਹ ਇੰਨਾ ਖਰਾਬ ਨਹੀਂ ਹੈ, ਪਾਣੀ ਖੜਾ ਰਸਤੇ 'ਚ ਬਸ, ਜੇ ਮੈਂ ਵੀਡੀਓ 'ਚ ਵੇਖਣਾ ਹੁੰਦਾ ਨਾ, ਪਰ ਅਗਲਾ ਕਿਹਾ ਵੀਡੀਓ ਪਿਛਲੇ 1 ਮਿੰਟ ਤੇ ਕਿਹੜੀ ਵੀਡੀਓ ਮਿਲ ਗਈ ਹੋਵੇ, ਇੱਥੇ ਵੀਡੀਓ ਦੀ ਫੋਟੋ ਨਹੀਂ ਖਿੱਚਣ ਦੇ ਵੇ। ਨਾ ਨਾ ਬਣਾਉਂਦੇ ਆ ਕਈ ਬੰਦੇ ਆ ਕੇ ਜਿਨ੍ਹਾਂ ਦੀ ਪੁਰਾਣੀ ਜਾਣਕਾਰੀ ਹੈ ਨਾ, ਹੁਣ ਸਾਡੇ ਵਰਗੇ ਤਾਂ ਇੱਦਾਂ ਹੀ ਬਹਿ ਬੂ ਕੇ ਨਿਕਲ ਜਾਂਦੇ ਆ, ਸਾਡੀ ਨਵੀਂ ਅਸੀਂ ਫਿਰ ਵੀ ਬਣਾਈ ਜਾਂਦੇ ਆ। ਚਲੋ ਅਸੀਂ ਤਾਂ ਫਿਰ ਵੀ ਬਣਾਉਣੀ ਬਾਬੇ, ਜਦੋਂ ਮੀਂਹ ਮੂੰਹ ਹੋਵੇ ਤਾਂ ਧਿਆਨ ਨਾਲ ਹੀ ਚੱਲੇ, ਛੋਟੀ ਗੱਡੀ ਲੈ ਕੇ ਜਿਵੇਂ ਅਸੀਂ ਜੈਨ ਲੈ ਕੇ ਆਏ ਹੋਏ ਹਾਂ, ਠੀਕ ਹੈ। ਇਹੋ ਜਿਹੇ ਮੀਂਹ ਮੂੰਹ ਦੇ ਟਾਈਮ 'ਚ ਤਾਂ ਇਹੋ ਜਿਹੀਆਂ ਜਿਪਸੀਆਂ ਲਿਆਓ, ਖੜੀ ਦਾ ਘੈਂਟ ਕਹਿੰਦੇ। ਹਾਂ ਨਹੀਂ ਠੀਕ ਆ, ਆਹ ਦੇਖੋ ਆਹ ਜਮੀ ਸਾਫ ਖਲੋਤੀ ਬਾਬੇ, ਜੇ ਕਿਸੇ ਨੂੰ ਚਾਹੀਦੀ ਹੋਈ ਚੈੱਕ ਕਰੋ, ਜਿਪਸੀ ਦੀ ਪੂਰੀ ਬਾਡੀ ਸ਼ਾਨਦਾਰ ਆ,
हाँ जी बाबे, सो आप पहुँच गए बाई को बाई होना की दुकान है 182 नंबर है, ठीक है, जी एस ट्रैक्टर्स के नाम इतने एक नंबर दियाँ कई दुकान होंगे, सो देखना पैदा इस करके बाई होना की दुकान है 182 नंबर जी एस ट्रैक्टर्स के नाम तो। सो बाकी तुम वेलनों सारे जानते हो, बहुत वीरे वीडियो कर चुके ऑलरेडी, बट समान का जिहे जहाँ वीडियो के अंदर दसते हैं ना भाजी, ओहोजा ही काम होंगे या कोई ये नहीं कि हूँ दस दे कुछ तो हों कुछ, क्योंकि जी चीज़ तो अपन मेन प्रॉब्लम होंगी है कि बंदा दसदा कुछ है और निकलता कुछ है, पर इतने उ अंकल जी सब तो पहला थानू मिलने के अंकल जी का नेचर बहुत कैंट है। थैंक यू जी, थैंक यू सारे भरावां, सत श्री अकाल मित्रों। हाँ जी अंकल जी, अच्छा एक छोटी जी गल है भी काफ़ी वीर ना कमेंट भी आते हैं इदा है कि भाजी रेट वाधा घटता क्यों है या फलाना टिमका भी ये चीज़ मैं तुम तो इन्नी दिखाई सी हूँ इन्ने की हो गई है, अक्सर कंप्लेट करते हैं, वह रीज़न दसो लोगों। लो जी सारे सत श्री अकाल जी। हाँ जी हाँ जी, रीज़न ये है जी, देखो रेट पिछों खड़ी नहीं रहे। हाँ जी देखो ना, हुण तुसी ला लो ट्रांसपोर्टेशन नहीं खड़ रही, बिल्कुल पेट्रोल डीजल दे रेट बदले कटदे हैं। हाँ जी, जुए दे रेट बदले कटदे हैं। हाँ जी हाँ जी, पिछों ये सेंटर दे हाथ जो है वही दुकानदार ने करना है, जिवें पिछों ऑर्डर रेट आना है असीं उस हिसाब नाल दे देना है। बिल्कुल बिल्कुल बिल्कुल, कई बार हुंदा है किसी चीज़ का रेट घट भी जाता है। हाँ जी, जरूरी नहीं है वधे, ਕੱਟਦਾ ਵੀ ਹੈ, ਲੋਕ ਕੱਟਦਾ ਨਹੀਂ ਨਾ ਦੇਖਦੇ, ਫਿਰ ਅਸੀਂ ਘਟਾਨੇ ਵੀ ਆ ਨਹੀਂ, ਕਈ ਆ ਕੇ ਲੜਦੇ ਆ ਵੀ ਤੁਸੀਂ ਕਿਉਂ ਐਵੇਂ ਕਰਦੇ ਹੋ। ਹਾਂਜੀ ਹਾਂਜੀ, ਸਾਡੇ ਵਾਸੀ ਕੁਝ ਨਹੀਂ ਹੈ ਜੀ, ਨਹੀਂ ਬਿਲਕੁਲ, ਸਾਨੂੰ ਜਿਵੇਂ ਪਿੱਛੋਂ ਮਾਲ ਆਏਗਾ ਅਸੀਂ ਉਸ ਦਾ ਕੱਢ ਦੇਣਾ, ਅਸੀਂ ਆਪਣੀ ਪਰਸੈਂਟੇਜ ਦੇ ਹਿਸਾਬ ਨਾਲ ਦੇਖਣਾ ਜਿੰਨਾ ਹੁੰਦਾ ਹੈ। ਹਾਂਜੀ ਹਾਂਜੀ, यही चीज़ होंगी है मित्रों, तुम ना काफ़ी जने मैनू भी कमेंट कर दें भाजी तुहाडे तो इन्ने की चीज़ पूछी सी अज इन्ने की हो गई है, ये साडे कोई परसनल हाडे मैनुफैक्चरिंग तो है नहीं भी असं घर के पिछे हैं, दुकान के पिछे प्लांट लाया भी साडी अपनी चीज़ा बन रही हैं, ये सारा मार्केट के थ्रू चलता है, ये इंपोर्ट का भी चक्कर होंगे, इंपोर्टेड आइटम जो महंगी सस्तियाँ चलदियाँ रही हैं, सो मेरे भी इस चीज़ को थोड़ा जहा समझ करो। हम ये देखो भी कच्चा लोहा कितने पहुंचा बिल पहुंचे पे जी, बिल्कुल आप सियाने जी, नहीं तो लोग आके कहते भी लोहा कितने है, बना के बंदे को की रेट पै जाता, आप देखो हूँ उम्मीद है भी कटेगा कटेगा जो कटेगा कटावे भी। बिल्कुल 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 बिल्कुल, सो बाबे ये होंगी है मेन रीज़न प्राइस वधन दे, ठीक है, तो घटन दे, जरूरी नहीं है हर एक चीज़ का प्राइस वधे, जिहड़ा घटदा हुंदा उहदे वल भी थोड़ा ध्यान दिया करो मेरे वीर, हर चीज़ ते अड़िया ना करो, थोड़ा जा देखो हर चीज़ का मोल भाव करना जरूरी है, पर इन्ना भी ना करो कि अगले दे वास्ते भी कुछ ना रहे, ठीक है। सो हुण आपां अपने ट्रैक्टर वास्ते बाय कीतियां सी 4 लाइटां ए वालियां जिहड़ियां ACN दियां हुंदियां, प्लस आ भी कीती है ते एक गेज ते आ छोटियां लाइटां लईआं, इह तुहानूं ला के दिखावांगे, इहदा रिस्पोंस बड़ा घैंट आ, इह हुणे पीस आए आ बाई कोल, सो बाकी हाँ वधिया चीज़ है, नहीं मैं लाइट का रिस्पोंस ही देखिया वधिया आ। हाँ जी हाँ जी हाँ जी, बाकी यही हों कि देखो गाहक नूं भी दो चीज़ा बचण या करे तो ही फायदा हों है ना, वधिया चीज़ मिल जाए, बाकी बई मस्ट रिकमेंडेड है, जिहड़े मेरे वीर आउणगे कबाड़ मार्केट अंदर किसी नूं भी पुछण की लोड़ नहीं, भाई मैप ला लियो, ठीक है, तो इतने 182 नंबर इतने आ के कढोगे, तुहानू जी एस 182 जी एस ट्रैक्टर्स के नाम तो मशहूर है जी। लो जी कार्ड तुहानू दिखा दिंदे आ एक बार, इतने रख दो जी, लो भी बाबे जिहड़े मेरे दूर दे बाई कुरीयर भी करा दें, जो तुम पेमेंट पा दो पहला तो बाई नूं आइटम दस दो, बाई कुरीयर भी करा देंगे, चेक करो जी। हाँ ये होंगे देखो साढ़े नाल भी है, क्योंकि मेरा भी पटियाला तो अंबाला 40-50 किलोमीटर पैंदा डेली दा आन जान हुंदा है, विश्वास रखना चाहिए, हाँ ये रखना पैंदा जी, देखो जी जे तुसी फोन कर ही रहे हो जे हिम्मत कर रहे हो फिर विश्वास रखो। हाँ जी बिल्कुल, विश्वास है ही नहीं फोन भी ना करो, फिर रहन ही दो, फिर रहन ही दो जे मन डोलदा। बाकी होर मैं जे तुहानू इत्थे आइटमां दिखावां, एक्सेसरी तां यार सारी मिलूगी जिहे जी तुहानू चाहीदी है, स्टेनलैस स्टील दी अच्छे माड़े ग्रेड जिहे जे, बाकी देखो भाई पैसे दे अकॉर्डिंगली हुंदा सारा कुछ। हां देखो जी साइलेंसर पिया, हां जी रेट डिपेंड करता हूं, ये नहीं है कि हाँ तुम कहो कि नहीं जी फलानी जगह तो 300 का सीगा थोड़े को 500 का क्यों मिलता है, देखो जी ये अगर बनवा चले जाओ ना तो 1000 रुपए तो थले नहीं पैना, इन्हें नहीं बनना कोई कुछ कह दे, हाँ जी 50 रुपए ठीक है,
बार लाइट देखो ए वाली ठीक है आ वाली ते परचेज करो फिर आ वाली ते फर्क ता पएगा देखो चाइनीज आइटम होंगे भी बड़े लोग आए भाजी इथो से चला के लै गए उ खराब हो गए हाँ ये चीज खराब हो झटका वजदा बैटरी का एलईडी लाइट खराब होगी होगी क्योंकि इन्होंने अंदर कोई रिले नहीं होंगी कोई कन्वर्टर नहीं होंगे अपने डायोड के हिसाब से बनिया होंगे मेरे वीर इस चीज को समझा करो थोड़ा जा सो बाकी भाई ना आप गलबात करते हैं फिर थोड़ा दिखाने कोई नवी आइटम जो आई है अच्छा जी ठीक है मैटल दे अंदर सिंपल ए स्टेनलैस स्टील वाली हाँ जी हाँ जी हाँ जी ठीक है 800 रुपए तो स्टार्ट है ठीक है ठीक है ठीक है अच्छा इस एक वड्डा भी आता हूँ जॉन डियर है ना जिम्मे 52-53 अच्छा वो 1100 का है उन्होंने जिम्मे वा उस तो साइज वड्डा चाहिए ठीक है ठीक है ठीक है फिल्टर ही वो एक्चुअली वो भी परचेज करना अपन याद आई गया फिल्टर देख के सो वो भी लेने फिर थोड़ा दिखावे तो हुक् हो गई ये ठीक है अज का 90 रुपये चलता जी चलता बिल्कुल 90 रुपये ठीक है जी हाँ बार लाइट देखो कोई अंत ही नहीं है बाकी टूल बॉक्स हो गए हाँ जी लोहे प्लास्टिक जे अजकल आ बड़ी ट्रेंडिंग चल रही है चीज ए अंदर चार्जर चूर्जर भाई इनबिल्ट किट मिलती है सारी चार तरह का आंदा भी ठीक है हाँ ठीक है 350 तो स्टार्ट है ठीक है ठीक है ठीक है ठीक है अपने तरीके है जिदा हाँ सब रहे बाकी मित्रों मैं एक पिन्ना भी लेके जावे यार मेरे उ पिन्ना नहीं चज दी मिलती पिन्ना लवेंगे हाँ पिन्ना लवागा मैं तो बाकी होर दसो भाजी जी कोई नवी आइटम लोगों CNH वाला हाँ ठीक है यदा बड़ा फ्रॉड चलता भाई 1400 रुपये का ठीक है लो भी बाबे जेडे मेरे वीर एजेंसी तो थोड़ा जहा इतराज करते भी नहीं जी 2800 का या 3000 का हाँ 3000 का इतने आते आ पटियाले आओ बाई को ले जाओ भाई 1400-1500 का सारा है बाकी 1400 का जरूर 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 ये तो है जी ठीक है अज 1400 का हो गया लो भी घटिया रेट अगले ने घटा भी दिता ठीक है जो उन्होंने हाथ चाहना कर सकते हैं 70 रुपए लो जी जी हाँ आम अपने मार्केट च बहुत महंगी है भी महंगी अं पुछ के आए थे मैं ले नहीं बाद मैं रहने दो कोई गल नहीं पटियाले जाना ही आप ले ठीक है जी स्पेशल क्वालिटी दी है ठीक है जी मतलब बहुत हैवी क्वालिटी है ओके इना दा की रेट रूट है भाई 90 रुपए किलो है जी आप 130 रुपए दवांगे ठीक है तकरीबन 10 साल खराब नहीं होगा ठीक है जी ठीक है हां जी बाकी रेसा भाजी आ जी चीज़ है ना ये MP UP वाली साइड बहुत ज़्यादा मतलब लोग मंग करते हैं सानू भी कहते कुरीयर करा दो पर कुरीयर वाला काम असं ज़्यादा ता नहीं करते लोग ना वहम बहुत करते हैं हाँ भी इदा होजू उदा होजू हिसाब कह देने भाजी कुरीयर दे गेज तो अकॉर्डिंगली लेंथ दे हिसाब नाल ला देना क्योंकि पता वेट नहीं है हाँ दुकानदार हाथ च या साडे हाथ च कुछ नहीं हुंदा मेरे वीर ज्यादातर जे तुहानू शिपिंग दा रहिंदा है तां तुसीं भाई आप आ जाया करो लैके चले जाओ चीज चैक करके चले जाओ सब वो वधिया रहिंदा है हाँ ये हूँ बड़ा चल रहा उपरे दे कवर कुवर ला के जी हाँ जी हाँ जी ठीक है जी फोर्ड दी जालियां हो गई बाकी एक्सेसरी का काम सारा आया बाइक को ठीक है ठीक है ठीक है ठीक है
ਅੱਜ ਵੈਸੇ ਜਿਹੜਾ ਮੈਂ ਚੀਜ਼ ਲੈਣ ਆਇਆ ਸੀ ਉਹ ਭਰਾ ਕੋਲ ਖਤਮ ਸੀ। ਐਕਚੁਅਲ ਮੇਰੀ ਗਲਤੀ ਫੋਨ ਕਰਕੇ ਨਹੀਂ ਆਇਆ ਭਰਾ ਨੂੰ, ਤੇ ਚਲੋ ਉਹ ਆਪਾਂ ਨੂੰ ਕੋਰੀਅਰ ਹੋ ਹੀ ਜਾਣਾ ਆ, ਉਹਦੀ ਸਾਨੂੰ ਟੈਨਸ਼ਨ ਕੋਈ ਨਹੀਂ। ਤੇ ਬਾਕੀ ਆਹ ਸਾਰਾ ਸਮਾਨ ਹੈ ਵੀਰੋ, ਜ਼ਿਆਦਾਤਰ ਅਸੀਂ ਵੀਡੀਓ ਦੇ ਅੰਦਰ ਦਿਖਾ ਨਹੀਂ ਸਕਦੇ, ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਮੇਰੇ ਵੀਰ ਨਾ, ਤੁਸੀਂ ਆ ਕੇ ਵਿਜ਼ਿਟ ਕਰਕੇ। ਹਾਂ ਆਈਟਮਾਂ ਬਹੁਤ ਆ, ਮੈਂ ਕਹਿੰਦਾ ਵੀ ਹਾਂਜੀ ਆਹ ਛੋਟੀ ਜਿਹੀ ਲਾਈਟ ਤੋਂ ਸਟਾਰਟ ਕਰ ਲਓ ਤੁਸੀਂ, ਆਹ ਲਾਈਟ ਆ ਪਤਾਸਾ ਲਾਈਟ ਕਹਿੰਦੇ ਇਹਨੂੰ। ਹੁਣ ਇਹਦੇ 'ਚ ਜੇ ਮੈਂ ਡੱਬਾ ਖੋਲਣ ਲੱਗ ਜਾ ਤਾਂ ਮੇਰੀ 12-15 ਮਿੰਟ ਦੀ ਵੀਡੀਓ ਹੋ ਜਾਣੀ ਆ ਦੁਬਾਰਾ ਇਹ ਕਲਿੱਪ ਬੰਦ ਕਰਕੇ, ਠੀਕ ਹੈ। ਸੋ ਮੇਰੇ ਵੀਰ ਜਿੰਨਾ ਹੋ ਸਕੇ ਵਿਜ਼ਿਟ ਕਰਿਓ, ਅਤੇ ਭਰਾ ਹੁਣਾਂ ਕੋਲ ਵਿਜ਼ਿਟ ਕਰਕੇ ਤੁਸੀਂ ਆਪ ਚੈੱਕ ਕਰਕੇ ਲਿਜਾਓ, ਅਤੇ ਬਹੁਤ ਵਧੀਆ ਸਮਾਨ ਹੈ ਮੇਰੇ ਵੱਲੋਂ ਰਿਕਮੈਂਡਡ ਹੈ ਜੀ। ਹਾਂਜੀ ਬਾਬਿਓ, ਸੋ ਆਪਾਂ ਨਿਕਲ ਪਏ ਸੀ ਵਾਪਸੀ, ਵਾਪਸੀ ਮਤਲਬ ਘਰ ਨੂੰ ਨਹੀਂ ਹਲੇ, ਹਲੇ ਤਾਂ ਪਟਿਆਲਾ ਮਾਰਕੀਟ ਤੋਂ ਵਾਪਸੀ ਨਿਕਲੇ ਹਾਂ ਇੱਧਰੋਂ, ਅਤੇ ਆਪਾਂ ਜਾਣਾ ਹੁਣ ਥੋੜ੍ਹਾ ਜਿਹਾ ਖੇਤਾਂ ਦਾ ਜਿਹੜਾ ਕੰਮ ਸੀ ਪੌਦ ਪੂਦ ਪਤਾ ਕਰਨੇ ਸੀਗੇ, ਉੱਧਰ ਚੱਲੇ ਹਾਂ। ਅਤੇ ਬਾਕੀ ਬਾਈ ਸਮਾਨ ਅਣਗਿਣਤ ਪਿਆ ਆ ਇੱਥੇ, ਆਹ ਲਓ ਅਜੇ ਇਜ਼ੂਜ਼ੂ ਖੜਿਆ, ਕਾਰ ਸੇਵਾ ਵਾਲਾ ਹੈ ਬਾਬਿਓ, ਠੀਕ ਹੈ। ਪਰ ਲੈ ਕੇ ਵਧੀਆ ਤਿਆਰ ਹੋ ਸਕਦਾ ਹੈ ਜੇ ਬੰਦਾ ਵਧੀਆ ਸੋਚੇ, ਤਿਆਰੀ ਵਧੀਆ ਹੋ ਸਕਦੀ ਹੈ ਇਹਦੀ। ਅਤੇ ਬਾਕੀ ਹੁਣ ਆਪਾਂ ਚੱਲੇ ਹਾਂ ਅੱਗੇ ਮਾਰਕੀਟ ਨੂੰ, ਅਤੇ ਉਹ ਕੰਮ ਨਿਬੇੜ ਕੇ ਫਿਰ ਜਦੋਂ ਅੱਗੇ ਚੱਲਾਂਗੇ ਘਰ ਨੂੰ ਜਾਂ ਦੁਕਾਨ 'ਤੇ ਤੁਹਾਨੂੰ ਦਿਖਾਵਾਂਗੇ, ਫਿਰ ਕਰਾਂਗੇ ਅੱਗੇ ਦੀ ਗੱਲਬਾਤ, ਹੁਣ ਚੱਲਦੇ ਜੀ ਆਪਾਂ। ਹਾਂਜੀ ਬਾਬਿਓ, ਸੋ ਆਪਾਂ ਪਹੁੰਚ ਗਏ ਸੀਗੇ ਖੇਤਾਂ ਵਾਸਤੇ ਪੌਦ ਲੈਣ ਲਈ। ਇੱਥੇ ਪਟਿਆਲੇ ਨਾਲ ਠੰਡੀ ਖੂਹੀ ਵੱਜਦੀ ਹੈ ਬਾਈ, ਇੱਥੇ ਮੋਮਡਨਸ ਨੇ ਬੰਦੇ ਮੁਸਲਮਾਨ ਹੈ, ਉਹ ਕਰਦੇ ਆ ਸਾਰਾ ਪੌਦ ਦਾ ਕੰਮ। ਅਤੇ ਬਾਈ ਬਹੁਤ ਤਗੜਾ ਏਰੀਆ, ਤੁਸੀਂ ਜੇ ਦੇਖੋ ਸਿਰਫ ਇਹਨਾਂ ਕੋਲ ਪੌਦ ਪੌਦ ਦਾ ਹੀ ਕੰਮ ਆ, ਉਹ ਇੱਥੋਂ ਪਿੱਛੋਂ ਘੁੰਮ ਕੇ ਇੱਧਰੋਂ 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 ਵਾਪਸੀ ਆ ਜਾਓ। ਅਤੇ ਹੁਣ ਭਰਾ ਇੱਥੋਂ ਗਿਆ ਆ ਬਾਹਰ ਨੂੰ, ਮੇਰੇ ਹਿਸਾਬ ਨਾਲ ਪਿੱਛੇ ਵੀ ਇਹਨਾਂ ਦਾ ਹੈਗਾ ਆ ਜਿੱਥੇ, ਹਾਂ ਜਿੱਥੇ ਆਪਾਂ ਪਹਿਲਾਂ ਦੇਖ ਰਹੇ ਸੀ ਹੈ ਨਾ ਵੀਰੇ ਉੱਥੇ। ਅਤੇ ਆਹ ਦੇਖੋ ਤੁਸੀਂ ਬਹੁਤ ਤਿਆਰ ਹੋ ਰਹੀ ਆ ਸਾਰੀ ਇਹ, ਠੀਕ ਹੈ। ਅਤੇ ਇਹਨਾਂ ਨੇ ਨਾ ਇੱਥੇ ਯਾਰ ਉਹ ਲਾਏ ਹੋਏ ਆ ਫੁਹਾਰਾ ਸਿਸਟਮ ਕਹਿੰਦੇ ਜਿਹਨੂੰ ਆਪਾਂ, ਠੀਕ ਹੈ, ਕੋਈ ਤਾਂ ਡ੍ਰਿਪ ਇਰੀਗੇਸ਼ਨ ਕਰਦੇ, ਇਹ ਫੁਹਾਰਾ ਸਿਸਟਮ ਆ। ਅਤੇ ਇਹ ਸਿਸਟਮ ਬਹੁਤ ਵਧੀਆ ਹੁੰਦਾ ਹੈ ਯਾਰ, ਇਹਦੇ ਨਾਲ ਖੇਤੀ ਬੜੀ ਪਿਆਰੀ ਹੁੰਦੀ ਆ, ਨਾ ਪਾਣੀ ਜ਼ਿਆਦਾ ਮਿਲਦਾ ਆ ਨਾ ਵੱਧ ਘੱਟ, ਕੁਛ ਨਹੀਂ, ਮਤਲਬ ਪ੍ਰੋਪਰ ਜਿਹਾ ਰਹਿੰਦਾ ਕੰਮ। ਹਾਂ ਬਾਕੀ ਇਹਨਾਂ ਦਾ ਦਵਾਈ ਦਵੂਈ ਦਾ ਸਿਸਟਮ ਵੀ ਮੇਰੇ ਹਿਸਾਬ ਨਾਲ ਇਹਦੇ 'ਚ ਹੁੰਦਾ। ਅਤੇ ਇਹ ਵੱਡਾ ਟਰੈਕਟਰ ਘੱਟ ਯੂਜ਼ ਕਰਦੇ ਆ ਇੱਥੇ, ਆਹੀ ਟਰੈਕਟਰ ਯੂਜ਼ ਹੁੰਦੇ ਆ ਛੋਟੇ ਵਾਲੇ। ਅਤੇ ਬਹੁਤ ਘੈਂਟ ਆਈਟਮ ਹੈ, ਤੁਸੀਂ ਚੈੱਕ ਕਰੋ, ਇਹਦੇ ਪਿੱਛੇ ਰੂਟਾਵੇਟਰ ਜੁੜ ਜਾਂਦਾ ਆ, ਫਾਲੇ ਜੁੜ ਜਾਂਦੇ ਆ, ਮਤਲਬ ਜੋ ਮਰਜ਼ੀ ਚਲਾਓ ਤੁਸੀਂ। ਦੇਖੋ ਇਹ ਪੀ ਟੀ ਓ ਵਾਲਾ ਜੁਗਾੜ ਆ ਇਹਦੇ 'ਚ ਸਾਰਾ, ਠੀਕ ਹੈ। ਇਹ ਆਪਣੇ ਬਣਾਉਂਦੀਆਂ ਕੁਛ ਕੰਪਨੀਆਂ ਜਿਵੇਂ ਕਿ ਰਾਜਾ ਐਗਰੀਕਲਚਰ ਵਰਕਸ ਕਰਕੇ ਆ, ਪਤਾ ਨਹੀਂ ਕੀ ਨਾਮ ਆ ਬਾਈ ਉਹਨਾਂ ਦਾ, ਮੇਰੇ ਤਾਂ ਧਿਆਨ 'ਚ ਨਹੀਂ ਹੈਗਾ। ਅਤੇ ਉਹ ਕਰਦੇ ਵੱਡਾ ਟਰੈਕਟਰ ਹੀ ਯੂਜ਼ ਕਰਦੇ ਆ ਮੇਰੇ ਹਿਸਾਬ ਨਾਲ, ਰੂਟਾਵੇਟਰ ਪਿਆ ਉਹ ਹਲ ਪਏ ਨੇ। ਆਹ ਚਲੋ ਜ਼ਿਆਦਾ ਬੜਾ ਕੋਈ ਚੀਜ਼ ਤਿਆਰ ਕਰਨੀ ਪਵੇ ਫਿਰ ਤਾਂ ਕਰਨਾ ਪੈਂਦਾ, ਛੋਟਾ ਮਤਲਬ ਉਹ ਕਰਦੇ ਆ, ਬਾਕੀ ਬਹੁਤ ਤਿਆਰ ਕਰਨ ਲਈ ਇੱਦਾਂ ਜੁਗਾੜ ਆ ਇਹਨਾਂ ਕੋਲ। ਦੇਖੋ ਠੀਕ ਹੈ, ਥੱਲੇ ਨੈੱਟ ਉੱਪਰ ਨੈੱਟ ਪਾ ਕੇ ਉਦੋਂ ਉੱਪਰ ਲਿਫਾਫਾ ਪਾ ਦਿੰਦੇ ਆ ਤਾਂ ਕਿ ਬਾਰਿਸ਼ ਬੁਰਸ਼ ਨਾ ਲੱਗੇ। ਹਾਂ ਉੱਧਰ ਤਿਆਰੀ ਸ਼ੁਰੂ ਕਰਕੇ ਕੋਈ ਚੀਜ਼ ਲਾ ਰਹੇ ਹੋਣੇ ਆ ਜਿੱਦਾਂ ਪੌਦ ਪੂਦ ਦੀ। ਅਤੇ ਬਾਕੀ ਵਧੀਆ ਕੰਮ ਹੈ ਯਾਰ ਪੌਦ ਵਾਲਾ, ਮਤਲਬ ਕਹਿਣ ਦਾ ਭਾਵ ਇਹ ਹੈ ਵੀਰ ਵੀ ਜੇ ਆਪਾਂ ਖੇਤੀ ਦੇ ਅੰਦਰ ਵੀ ਚਾਹੀਏ ਅੱਛਾ ਖਾਸਾ ਪ੍ਰੋਫਿਟ ਕਮਾ ਸਕਦੇ ਹਾਂ, ਪਰ ਇਹ ਇਹਦੇ ਲਈ ਮਿਹਨਤ ਬਹੁਤ ਚਾਹੀਦੀ ਆ। ਮਿਹਨਤ ਤਾਂ ਸਟਾਰਟਿੰਗ 'ਚ ਪੈਸਾ ਜ਼ਰੂਰ ਲੱਗਦਾ, ਹੁਣ ਜਿੱਦਾਂ ਕਿ ਕਈ ਵੀਰ ਮੇਰੇ ਨਾਲ ਗੱਲ ਕਰਦੇ ਆ ਜਿਹੜੇ ਕੁਦਰਤੀ ਖੇਤੀ ਕਹਿੰਦੇ ਆ ਵੀ ਇੱਕ ਕਿੱਲੇ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਕਰੋਪਸ ਲੈਂਦੇ ਆ, ਹੈ ਨਾ, ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੀ ਖੇਤੀ ਕਰਦੇ ਆ। ਪਹਿਲੀ ਗੱਲ ਆ ਉੱਥੇ ਬਾਈ ਖੇਤ ਵੀ ਮੈਟਰ ਕਰਦਾ ਆ, ਵੈਦਰ ਮੈਟਰ ਕਰਦਾ, ਹਰ ਇੱਕ ਚੀਜ਼ ਮੈਟਰ ਕਰਦੀ ਆ, ਅਤੇ ਬਾਅਦ 'ਚ ਪੈਸੇ 'ਤੇ ਗੱਲ ਆ ਕੇ ਅੜਦੀ ਆ ਕਿਉਂਕਿ ਉਹਨਾਂ ਵਾਸਤੇ ਪੈਸਾ ਵੀ ਲੱਗਦਾ ਆ, ਫਿਰ ਖੇਤ ਨੂੰ ਔਰਗੈਨਿਕ ਵੀ ਕਰਨਾ ਪੈਂਦਾ ਸਾਰਿਆਂ ਨੂੰ। ਸੋ ਕਾਫੀ ਮਤਲਬ ਉਹ 'ਚ ਵੇਟ ਆ, ਬਹੁਤੇ ਕਿਸਾਨ ਵੀਰ ਜਿਹੜੇ ਆ ਉਹ ਇਸ ਚੀਜ਼ ਨੂੰ ਨਹੀਂ ਅਪਣਾਉਂਦੇ। ਅਤੇ ਪਰ ਆਹ ਜਿਹੜਾ ਕੰਮ ਆ ਇਹ ਵੀ ਤੁਸੀਂ ਦੇਖ ਲਓ ਵੀ ਵਧੀਆ ਕੰਮ ਆ, ਠੀਕ ਹੈ, ਅੱਛੀ ਖਾਸੀ ਲੋਕ ਪ੍ਰੋਫਿਟ ਕੱਢਦੇ ਆ ਇਹਨਾਂ 'ਚੋਂ ਵੀ, ਠੀਕ ਹੈ। ਬਾਕੀ ਰੱਬ ਦੇ ਹੱਥ ਹੁੰਦਾ ਯਾਰ, ਜਿੰਨਾ ਉਹਨੇ ਖਾਣ ਨੂੰ ਦੇਣਾ ਉਨਾ ਹੀ ਦੇਣਾ ਆਪਾਂ ਨੂੰ, ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ। ਅਤੇ ਪਰ ਮਿਹਨਤ ਜ਼ਰੂਰੀ ਆ, ਮਿਹਨਤ ਬਿਨਾਂ ਕੁਛ ਵੀ ਨਹੀਂ ਹੈਗਾ, ਸਾਨੂੰ ਮਿਹਨਤ ਕਰਨੀ ਹੈ, ਬਾਕੀ ਰੱਬ ਦੇ ਹੱਥ 'ਚ ਹੁੰਦਾ ਵੀ ਉਹਨੇ ਕਿੰਨਾ ਫਲ ਦੇਣਾ ਆ। ਲਓ ਵੀ ਹੁਣ ਇੱਥੋਂ ਲੈ ਲਈਏ ਆਪਾਂ ਪੌਦ, ਫਿਰ ਮਿਲਦੇ ਹਾਂ ਤੁਹਾਨੂੰ। ਹਾਂਜੀ ਬਾਬੇ, ਸੋ ਮੈਂ ਪਹੁੰਚ ਗਿਆ ਸੀ ਘਰੇ, ਪਟਿਆਲੇ ਤੋਂ ਆਪਾਂ ਆ ਗਏ ਸੀਗੇ, ਅਤੇ ਬਾਕੀ ਥੋੜ੍ਹਾ ਬਹੁਤਾ ਸਮਾਨ ਲਿਆਉਣਾ ਸੀ ਉਹ ਆਪਾਂ ਲੈ ਆਏ ਹਾਂ, ਜਦੋਂ ਲਾਸਟ ਤੁਹਾਨੂੰ ਦਿਖਾਇਆ ਸੀਗਾ। ਅਤੇ ਇਹਨੂੰ ਮਾਲਕਾਂ ਛਿੱਕਾਂ ਲੱਗ ਗਈਆਂ, ਕੀ ਹੋਇਆ ਛਿੱਕਾਂ ਲੱਗ ਗਈਆਂ ਤੁਹਾਨੂੰ? ਹੈਂ ਚੱਲ ਬਸ ਬਸ ਬਸ, ਉਹ ਯਾਰ ਇਹ ਪੰਜੇ ਬਹੁਤ ਤੇਜ਼ ਮਾਰਦੀ ਆ। ਸੋ ਮਿੱਤਰੋ ਇੰਨਾ ਮੈਂ ਖੇਡ ਲਾਂਗਾ, ਰੁਕੋ ਮੈਨੂੰ ਖੇਡਣਾ ਪੈਣਾ, ਨਹੀਂ ਇਹਨੇ ਹਟਣਾ ਨਹੀਂ ਇੱਦਾਂ, ਬਹੁਤ ਦੰਦ ਮਾਰਦੀ ਯਾਰ ਜੀ। ਅਤੇ ਬਾਕੀ ਮਿੱਤਰੋ ਸਾਰਾ ਕੁਝ ਸੈੱਟ ਰਿਹਾ ਸੀਗਾ, ਥੋੜ੍ਹਾ ਸਮਾਨ ਲੈ ਕੇ ਆਏ ਸੀ ਟਰੈਕਟਰ ਵਾਸਤੇ, ਅਤੇ ਉਹ ਤੁਹਾਨੂੰ ਅਗਲੇ ਵਲੋਗ 'ਚ ਦਿਖੂਗਾ ਜੋ ਜੋ ਆਪਾਂ ਹੁਣ ਕਰਨਾ ਆ, ਲਾਈਟਾਂ ਲੂਟਾਂ ਲੈ ਕੇ ਆਏ ਸੀਗੇ। ਸੋ ਬਾਬੇ ਉਹ ਤੁਹਾਨੂੰ ਅਗਲੇ ਵਲੋਗ 'ਚ ਦੇਖਣ ਨੂੰ ਮਿਲੂਗਾ, ਅਤੇ ਹੋਪ ਕਰਦਾ ਤੁਸੀਂ ਵਲੋਗ ਨੂੰ ਇੰਜੋਏ ਕੀਤਾ ਹੋਊਗਾ। ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਬਾਕੀ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਅੱਗੇ
ਹੁਣ ਸਿਸਟਮਾਂ ਦੇ ਰਿਗਾਰਡਿੰਗ ਜਾਂ ਕੰਪੈਰੀਜ਼ਨ ਵੀਡੀਓ ਆਪਾਂ ਲੈ ਕੇ ਆਉਣੇ ਆ, ਥੋੜ੍ਹਾ ਜਿਹਾ ਰੂਟੀਨ ਆਊਟ ਹੋਈ ਹੋਈ ਆ ਤਾਂ ਕਰਕੇ ਟਾਈਮ ਨਹੀਂ ਲੱਗਦਾ। ਸੋ ਹੁਣ ਆਪਾਂ ਜਲਦੀ ਤੋਂ ਜਲਦੀ ਪਹਿਲਾਂ ਟਰੈਕਟਰ ਦਾ ਸਟਾਰਟ ਕਰਦੇ ਹਾਂ, ਇੱਕੋ ਇੱਕ ਦੋ ਜਿਹੜੇ ਆਪਾਂ ਸਿਸਟਮ ਦੇਣੇ ਆ ਪਹਿਲਾਂ ਉਹ ਦੇ ਲਈਏ, ਉਸ ਤੋਂ ਬਾਅਦ ਆਪਣੇ ਟਰੈਕਟਰ ਦੀ ਮੋਡੀਫਿਕੇਸ਼ਨ ਸਟਾਰਟ ਕਰਦੇ ਹਾਂ। ਬਟ ਲਾਈਟਾਂ ਦੀ ਆਪਾਂ ਪਹਿਲਾਂ ਹੀ ਕਰ ਲੈਣੀ ਆ, ਅਤੇ ਇੱਕ ਟ੍ਰੈਂਡਿੰਗ ਟੋਪਿਕ ਆ ਬਹੁਤ ਜ਼ਿਆਦਾ ਫਾਰਮ ਟਰੈਕ ਦੀਆਂ ਲਾਈਟਾਂ ਲਾਉਣ ਵਾਲੇ ਵੀਰਾਂ ਨੂੰ ਨਾ ਪ੍ਰੋਬਲਮ ਹੁੰਦੀ ਹੈ, ਫਲੈਸ਼ਰ ਤੇਜ਼ ਹੋ ਜਾਂਦਾ ਆ। ਸੋ ਅਗਲੀ ਵੀਡੀਓ ਦੇ ਅੰਦਰ ਤੁਹਾਨੂੰ ਉਹ ਵੀ ਦੱਸਾਂਗਾ ਕਿ ਹਾਂ ਉਹ ਸਲੋਅ ਕਿਵੇਂ ਕਰੀਦਾ ਜਾਂ ਨੋਰਮਲ ਸਪੀਡ ਕਿਵੇਂ ਹੁੰਦੀ ਹੈ ਉਹਦੀ। ਸੋ ਠੀਕ ਹੈ ਬਾਬੇ, ਮਿਲਾਂਗਾ ਨਵੇਂ ਵਲੌਗ ਨਾਲ, ਅੱਜ ਲਈ ਬਸ ਇੰਨਾ ਹੀ। The useless was shooting, no one notices the you. It's just me against the world.